ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੁਣਦੇ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਸਭ ਤੋਂ ਪਹਿਲੀ ਖਬਰ ਵੱਲ ਚੱਲਦੇ ਹਾਂ ਜੀ ਇਟਲੀ ਦੇ ਵਿੱਚ ਆਉਣ ਵਾਲੀ ਜਿਹੜੀ ਫਲਾਈਟ ਆ ਜਦੇ ਵਿੱਚ ਅਸੀਂ ਗੱਲ ਕਰਾਂਗੇ ਇਟਲੀ ਦੇ ਵਿੱਚ ਆਉਣ ਵਾਲੀ ਫਲਾਈਟ ਆ ਉਹਦੇ ਵਿੱਚ ਚੜਨ ਵਾਲੇ ਜਿਹੜੇ ਪਸੰਜਰ ਨੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਕਿਉਂ ਮੋੜਿਆ ਗਿਆ ਇਟਲੀ ਦੇ ਵਿੱਚ ਗ੍ਰੀਨ ਪਾਸ ਉੱਤੇ ਗੱਲਬਾਤ ਹੋ ਰਹੀ ਹੈ ਜੀ ਦੱਸਿਆ ਜਾ ਰਿਹਾ ਕਿ ਬੱਸਾਂ ਦੇ ਵਿੱਚ ਰੇਲ ਗੱਡੀਆਂ ਦੇ ਵਿੱਚ ਪਬਲਿਕ ਟਰਾਂਸਪੋਰਟ ਦੇ ਵਿੱਚ ਹੁਣ ਗ੍ਰੀਨ ਪਾਸ ਦੀ ਲੋੜ ਪੈਣੀ ਹੈ ਜ ਕਮ ਇਹ ਕਰਨ ਜਾ ਰਹੇ ਆ ਜੀ வால்ਟਰ ਰਿਚਾਰਡ ਦੀ ਜਿਨ੍ਹਾਂ ਦੀ ਤੁਸੀਂ ਫੋਟੋ ਦੇਖ ਰਹੇ ਹੋ ਜੀ ਇਹ ਕਾਉਂਸਲਰ ਨੇ ਆਪਣੇ ਸਿਹਤ ਮੰਤਰੀ ਰੋਬਰਟੋ ਸਪੈਰਾਂਸਾ ਦੇ ਤੇ ਇਹ ਕਹਿ ਰਹੇ ਨੇ ਕਿ ਹਰ ਪਾਸੇ ਵੈਕਸੀਨ ਲਾਣੀ ਕਰਨੀ ਜਿਹੜੀ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ ਹਰ ਜੇਕਰ ਅਸੀਂ ਸਿਆਲਾਂ ਦੇ ਵਿੱਚ ਬਚਣਾ ਚਾਹਦੇ ਆ ਤਾਂ ਫਿਰ ਵੀ ਸਾਨੂੰ ਜਿਹੜੀ ਵੈਕਸੀਨ ਲਵਾਣੀ ਪੈਣੀ ਆ ਤੇ ਉਧਰ ਹੀ ਇਹ வால்ਟਰ ਰਿਚਾਰਡ ਦੀ ਜੀ ਇਹ ਕਹਿ ਰਹੇ ਨੇ ਫਿਰ ਇਲਿਆਸਕੋ ਕਹਿ ਰਹੇ ਨੇ ਕਿ ਜੇਕਰ ਅਸੀਂ ਸਿਆਲਾਂ ਤੋਂ ਬਚਣਾ ਲਾਕਡਾਊਨ ਤੋਂ ਫਿਰ ਵੀ ਜਿਹੜੀ ਵੈਕਸੀਨ ਆ ਸਾਰੇ ਪਾਸੇ ਹੋ ਜਾਣੀ ਚਾਹੀਦੀ ਆ ਇੱਕ ਹੀ ਇਲਾਜ ਆ ਵੈਕਸੀਨ ਤੇ ਹੁਣ ਇਸ ਟਾਈਮ ਗੱਲਬਾਤ ਕੀਤੀ ਜਾ ਰਹੀ ਆ ਹੋ ਸਕਦਾ ਆ ਆਉਣ ਵਾਲੇ ਮਹੀਨੇ ਦੇ ਵਿੱਚ ਕਾਨੂੰਨ ਲਾਗੂ ਕਰ ਦਿੱਤਾ ਜਾਵੇ ਕਿ ਜਿੱਥੇ ਵੀ ਤੁਸੀਂ ਜਾਣਾ ਜੋ ਵੀ ਤੁਸੀਂ ਕਰਨਾ ਵੈਕਸੀਨ ਹੀ ਇੱਕ ਇਲਾਜ ਆ ਵੈਕਸੀਨ ਤੋਂ ਬਿਨਾਂ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਵੈਕਸ ਤੋਂ ਵੈਕਸੀਨ ਤੋਂ ਬਿਨਾਂ ਤੁਸੀਂ ਕਿਸੇ ਪਬਲਿਕ ਟਰਾਂਸਪੋਰਟ ਦੇ ਵਿੱਚ ਨਹੀਂ ਜਾ ਸਕਦੇ ਇਹ ਸਭ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਇੱਕ ਫੈਕਟਰੀ ਆ ਜੀ ਫੈਕਟਰੀ ਨੇ ਵੀ ਆਪਣਾ ਨੋਟਿਸ ਲਾ ਦਿੱਤਾ ਉਸ ਨੋਟਿਸ ਦੇ ਵਿੱਚ ਲਿਖਿਆ ਜੀ 23 ਅਗਸਤ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜਾ ਵੀ ਬੰਦਾ ਹੁਣ ਫੈਕਟਰੀਆਂ ਦੇ ਵਿੱਚ 23 ਅਗਸਤ ਤੋਂ ਜਿਹੜਾ ਵੀ ਬੰਦਾ ਫੈਕਟਰੀ ਦੇ ਵਿੱਚ ਐਂਟਰ ਹੋਣਾ ਚਾਹੁੰਦਾ ਉਹਦੇ ਕੋਲ ਗ੍ਰੀਨ ਪਾਸ ਹੋਣਾ ਚਾਹੀਦਾ ਜੇਕਰ ਗ੍ਰੀਨ ਪਾਸ ਨਹੀਂ ਹੈ ਤਾਂ ਫਿਰ ਉਹਨੂੰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਆਪਣਾ ਟੈਸਟ ਕਰਵਾ ਸਕਦਾ ਤੇ ਟੈਸਟ ਕਰਵਾਉਣ ਦੇ ਜਿਹੜੇ ਪੈਸੇ ਆ ਉਹ 25000 ਲੱਗਣਗੇ ਤੇ ਉਹ ਜਿਹੜੇ 25000 ਬੰਦੇ ਦੇ ਹਿਸਾਬ ਦੇ ਨਾਲ ਫੈਕਟਰੀ ਨੇ ਦੇਣੇ ਆ ਉਹ ਬੰਦਿਆਂ ਦੇ ਗ੍ਰੀਨ ਪਾਸ ਜਿਹੜਾ ਆਪਣੇ ਬੂਸਤਾ ਭਾਗ ਉਹਦੇ ਵਿੱਚੋਂ ਕੱਟੇ ਜਾਣਗੇ ਜੀ 10 ਦਿਨ ਬੰਦਾ ਟੈਸਟ ਕਰਵਾਉਂਦਾ ਮਤਲਬ ਕਿ ਮਹੀਨੇ ਦੇ ਵਿੱਚ 10 ਵਾਰ ਟੈਸਟ ਕਰਵਾਏ ਤਾਂ ਫਿਰ ਜਿਹੜੀ ਉਹਦਾ 250 ਰੁਪਇਆ ਬੋਸਤੇ ਦੇ ਵਿੱਚੋਂ ਤਨਖਾਹ ਦੇ ਵਿੱਚੋਂ ਜਿਹੜਾ ਦਾ ਕੱਟਿਆ ਜਾਊਗਾ ਜੀ ਇਹ ਜਿਹੜੀ ਫੈਕਟਰੀ ਆ ਇਸ ਤਰ੍ਹਾਂ ਇੱਕ ਫੈਕਟਰੀ 23 ਤਰੀਕ ਤੋਂ ਕਰਨ ਕਰਨ ਜਿਹੜੀ ਆ ਸ਼ੁਰੂ ਜਾ ਰਹੀ ਹੈ ਜੀ ਇਹ ਜਿਹੜੀ ਫੈਕਟਰੀ ਐਸ ਫੈਕਟਰੀ ਦਾ ਨਾਮ ਆ ਜੀ ਸੂਬਾ ਸੀਡਸ ਜੋ ਕਿ ਰੂਮਾਨੀਆ ਦੇ ਵਿੱਚ ਪੈ ਰਹੀ ਹੈ ਤੇ ਸਾਰੇ ਜਿੰਨੇ ਵੀ ਸਿੰਧਾ ਘਾਤੀ ਹੁੰਦੇ ਇਸ ਦੇ ਕੰਮ ਖਰਾਬ ਹੋ ਗਏ ਨੇ ਕਹਿ ਰਹੇ ਨੇ ਕਿ ਜੇਕਰ ਇੱਕ ਫੈਕਟਰੀ ਨੇ ਕੀਤਾ ਤਾਂ ਦੂਸਰੀਆਂ ਫੈਕਟਰੀਆਂ ਵੀ ਦੇਖੋ ਦੇਖੇ ਸਭ ਕੰਮ ਕਰ ਸਕਦੀਆਂ ਨੇ ਤੇ ਇਸ ਟਾਈਮ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਲਿਖਿਆ ਗੱਲਬਾਤ ਹੀ ਚੱਲ ਰਹੀ ਹੈ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਵਿੱਚ ਵੀ ਗੱਲਬਾਤ ਸ਼ੁਰੂ ਹੋਈ ਹੈ ਪਰ ਕਾਨੂੰਨ ਨਹੀਂ ਬਣਿਆ ਕਿ ਕੰਮ ਤੇ ਜਾਣ ਦੇ ਲਈ ਜਿਹੜਾ ਬੰਦਿਆਂ ਦੇ ਕੋਲ ਵੈਕਸੀਨ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਇਸ ਤਰ੍ਹਾਂ ਕੰਮ ਖਰਾਬ ਹੋ ਰਿਹਾ ਜੀ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਅਗਲਾ ਜੋ ਅਪਡੇਟ ਆ ਰਿਹਾ ਜੀ ਆਪਣਾ ਹੈ ਜੋ ਸੀਜ਼ਲ ਵਾਲੇ ਸੀਜ਼ਲ ਵਾਲੇ ਕਹਿੰਦੇ ਹਾਂ ਜੀ ਕੰਮ ਤੇ ਲੱਗਣ ਦੇ ਲਈ ਵੀ ਗ੍ਰੀਨ ਪਾਸ ਦੀ ਲੋੜ ਸਹੀ ਆ ਰੇਲ ਗੱਡੀਆਂ ਦੇ ਵਿੱਚ ਬੱਸਾਂ ਦੇ ਵਿੱਚ ਜਿੰਨੇ ਵੀ ਪਬਲਿਕ ਟਰਾਂਸਪੋਰਟ ਆ ਉਹਨਾਂ ਨੇ ਸਾਰਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੀ ਬਸ ਹੁਣ ਕੀ ਹੈ ਜੀ ਹੁਣ ਰਹਿ ਗਿਆ ਸਿਰਫ ਸਾਈਨ ਕਰਨੇ ਰਹਿ ਗਏ ਆ ਜੇਕਰ ਅੱਜ ਕੱਲ ਪਰਸੋਂ ਦੇ ਵਿੱਚ ਸਾਈਨ ਹੋ ਜਾਂਦੀ ਆ ਤਾਂ ਫਿਰ ਬੱਸਾਂ ਕਾਰਾਂ ਗੱਡੀਆਂ ਜੋ ਵੀ ਹੈਗਾ ਜੀ ਪਬਲਿਕ ਟਰਾਂਸਪੋਰਟ ਸਾਨੂੰ ਗ੍ਰੀਨ ਪਾਸ ਤੋਂ ਬਿਨਾਂ ਉਹਨੂੰ ਅਸੀਂ ਯੂਜ਼ ਨਹੀਂ ਕਰ ਸਕਦੇ ਕਰ ਸਕਦੇ ਲਾਸਟ ਅਪਡੇਟ ਵੱਲ ਚੱਲਦੇ ਹਾਂ ਜੀ ਇਟਲੀ ਦੇ ਲਈ ਆ ਰਹੀ ਸੀ ਫਲਾਈਟ ਜਿਹਦੇ ਵਿੱਚ ਆ ਰਹੇ ਯਾਤਰੀਆਂ ਨੂੰ ਰਾਤ ਨੂੰ ਵਾਪਸ ਮੁੜਨਾ ਪਿਆ ਹੋਟਲ ਦੇ ਵਿੱਚ ਜਾਣਾ ਪਿਆ ਅਲਬਾਨੀਆ ਤੋਂ ਜਿਹੜੀ ਇਹ ਫਲਾਈਟ ਸੀਗੀ ਇਸ ਫਲਾਈਟ ਦੇ ਵਿੱਚ ਜਿੰਨੇ ਵੀ ਬੰਦੇ ਸੀ ਪੈਸੇਂਜਰ ਸਨ ਉਹਨਾਂ ਦੇ ਜਿਹੜੇ ਆ ਕੋਵਿਡ ਦੀਆਂ ਰਿਪੋਰਟਾਂ ਨਹੀਂ ਆਈਆਂ ਸੀ ਟੈਸਟਾਂ ਦੀਆਂ ਤੇ ਉਹਨਾਂ ਬੰਦਿਆਂ ਨੇ ਕਾਫੀ ਸਾਨੂੰ ਆਪਾਂ ਨੂੰ ਮੈਸੇਜ ਕੀਤਾ ਤੇ ਕੰਟੈਕਟ ਕੀਤਾ ਗਿਆ ਸਾਨੂੰ ਜਿਨ੍ਹਾਂ ਦੇ ਨਾਮ ਅਸੀਂ ਗੋਪਤ ਰੱਖਾਂਗੇ ਤੇ ਦੱਸਿਆ ਗਿਆ ਕਿ ਕਿਸੇ ਹੋਰ ਦੇ ਨਾਲ ਇਦਾਂ ਦੀ ਟੈਨਸ਼ਨ ਕਿਸੇ ਹੋਰ ਦੇ ਨਾਲ ਇਦਾਂ ਦੀ ਪ੍ਰੋਬਲਮ ਨਾ ਹੋਵੇ ਇਸ ਕਰਕੇ ਉਹ ਕਹਿ ਰਹੇ ਨੇ ਜੀ ਕਿ ਆਪਣੇ ਏਜੰਟਾਂ ਨੂੰ ਜਿਨ੍ਹਾਂ ਨੇ ਵੀ ਤੁਹਾਡੇ ਨਾਲ ਕੰਟੈਕਟ ਨਾ ਤੁਸੀਂ ਪਹੁੰਚਿਓ ਜਿਹੜੀ ਵੀ ਟਰੈਵਲ ਏਜੰਸੀ ਆ ਤਾਂ ਉਹਨਾਂ ਨੂੰ ਕੰਟੈਕਟ ਕਰੋਗੇ ਫਲਾਈਟ ਤੋਂ ਪਹਿਲਾਂ ਤੁਹਾਡੇ ਕੋਲ ਜਿਹੜੇ ਕੋਵਿਡ ਦੇ ਟੈਸਟ ਹੋਣੇ ਬਹੁਤ ਜ਼ਰੂਰੀ ਆ ਜੇਕਰ ਰਿਪੋਰਟ ਨਾ ਹੋਈ ਤਾਂ ਤੁਹਾਨੂੰ ਵਾਪਸ ਕੱਲ ਸਕਦੇ ਆ ਤੇ ਇੱਕ ਗੱਲ ਦਾ ਹੋਰ ਖਿਆਲ ਰੱਖਿਓ ਜੀ 14 ਦਿਨ ਇੰਡੀਆ ਤੋਂ ਬਾਹਰ ਹੋਣੇ ਚਾਹੀਦੇ ਆ ਤੁਸੀਂ ਇਟਲੀ ਦੇ ਵਿੱਚ ਐਂਟਰੀ ਕਰਨ ਤੇ ਜੇਕਰ ਤੁਹਾਡਾ ਕੁਆਰੰਟਾਈਨ ਦਾ ਟਾਈਮ 14 ਦਿਨ ਦਾ ਨਹੀਂ ਹੈ ਇਟਲੀ ਦੇ ਵਿੱਚ ਤੁਸੀਂ 14 ਦਿਨ ਤੋਂ ਪਹਿਲਾਂ ਐਂਟਰ ਕਰਨ ਜਾ ਰਹੇ ਹੋ ਤਾਂ ਫਿਰ ਤੁਹਾਨੂੰ ਬਾਅਸ ਵੀ ਕੀਤਾ ਜਾ ਸਕਦਾ ਹੈ ਜੀ ਇਹਨਾਂ ਗੱਲਾਂ ਦਾ ਖਿਆਲ ਰੱਖਿਓ ਜੀ ਅਤੇ ਮਿਲੀ ਸੂਚਨਾ ਮੇਰੀ ਜਾਣਕਾਰੀ ਦੇ ਅਨੁਸਾਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਬੰਦਿਆਂ ਨੂੰ ਰਾਤੀ ਚੜ੍ਹ ਨਹੀਂ ਦਿੱਤਾ ਤੇ ਅੱਜ ਰਾਤ ਨੂੰ ਉਹਨਾਂ ਦੀ 2 ਵਜੇ ਦੀ ਫਲਾਈਟ ਹੈ ਤੇ ਕਾਫੀ ਬੰਦਿਆਂ ਨੂੰ ਰਿਪੋਰਟਾਂ ਮਿਲ ਗਈਆਂ ਨੇ ਜਿਹੜੀਆਂ ਕੋਵਿਡ ਨੈਗੇਟਿਵ ਦੀਆਂ ਤੇ ਰਾਤ ਨੂੰ 2 ਵਜੇ ਦੀ ਫਲਾਈਟ ਹੈ ਤੇ ਇਟਲੀ ਰੋਮਾ ਦੇ ਵਿੱਚ ਆਣਾ ਉਹਨਾਂ ਨੇ ਨਹੀਂ ਤਾਂ ਪਹਿਲਾਂ ਉਹਨਾਂ ਨੇ ਕਿਸੇ ਨੇ ਬਲੂਨੀਆ ਜਾਣਾ ਹੈ ਕਿਸੇ ਨੇ ਮਿਲਾਨ ਜਾਣਾ ਹੈ ਕਿਸੇ ਨੇ ਬੈਰਗਮੋ ਜਾਣਾ ਹੈ ਦੇਖਦੇ ਆ ਜੀ ਅੱਜ ਰਾਤ ਨੂੰ ਕੀ ਸਿਚੁਏਸ਼ਨ ਬਣਦੀ ਹੈ ਜੀ ਮਿਲਦੇ ਨਵੇਂ ਅਪਡੇਟ ਦੇ ਨਾਲ ਸ਼ਾਮ ਦੀਆਂ ਖਬਰਾਂ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਹੀ ਟਾਲੀ ਨਾ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ